ਅਟੈਸਟੇਸ਼ਨ ਲੈਟਰ ਦੀ ਹੁਣ ਸ਼ੁਰੂਆਤ ਹੋ ਗਈ ਹੈ। ਇੱਕ ਟਾਈਮ 'ਤੇ ਲੱਗਦਾ ਸੀ ਕਿ ਸ਼ਾਇਦ 31 ਮਾਰਚ ਤੋਂ ਪਹਿਲਾਂ ਕੋਈ ਵੀ ਫਾਈਲ ਅੰਬੈਸੀ ਵਿੱਚ ਨਹੀਂ ਲੱਗਣੀ, ਬਟ ਹੁਣ ਕੁਛ ਪ੍ਰੋਵਿੰਸਿਸ ਨੇ ਅਟੈਸਟੇਸ਼ਨ ਲੈਟਰ ਸਟਾਰਟ ਕਰ ਦਿੱਤੇ ਨੇ। ਕੀ ਹੈਗਾ ਇੰਟਾਇਰ ਪ੍ਰੋਸੈਸ, ਕਿੱਦਾਂ ਅਟੈਸਟੇਸ਼ਨ ਲੈਟਰ ਮਿਲਣੇ ਨੇ ਔਰ ਕਿੰਨੀ ਜਲਦੀ ਫਾਈਲ ਲੱਗ ਸਕਦੀ ਹੈ, ਇਹਦੀ ਗੱਲ ਕਰੂੰਗਾ। ਨਾਲ ਦੀ ਨਾਲ ਅੱਜ ਵੀ ਸਟੂਡੈਂਟਸ ਦੇ ਮਨ ਦੇ ਵਿੱਚ ਸ਼ੰਕਾ ਵਾ ਕਿ ਸ਼ਾਇਦ ਕੁਛ PPP ਮੋਡ ਦੇ ਕਾਲਜ ਵਿੱਚ ਉਹਨਾਂ ਨੂੰ PGWP ਨਹੀਂ ਮਿਲਣਾ ਫਿਊਚਰ ਦੇ ਵਿੱਚ, ਇਹਦੀ ਗੱਲ ਵੀ ਕਰੂੰਗਾ। ਸਵਾਗਤ ਤੁਹਾਡਾ ਸਾਰਿਆਂ ਦਾ ਸਾਡੇ ਐਮਕੇ ਇਮੀਗ੍ਰੇਸ਼ਨ ਦੇ ਯੂਟਿਊਬ ਚੈਨਲ ਦੇ ਉੱਪਰ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਇੱਕ ਲਾਇਸੈਂਸਡ ਔਰ ਰੈਗੂਲੇਟਡ ਕ੍ਰੈਡਿਟ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਇੱਕ ਛੋਟੀ ਜਿਹੀ ਗੁਜ਼ਾਰਿਸ਼, ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਸਾਡਾ ਯੂਟਿਊਬ ਚੈਨਲ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਪਹਿਲੀ ਵਾਰ ਸਾਡੇ ਇਸ ਚੈਨਲ 'ਤੇ ਆ ਰਹੇ ਹੋ, ਪਲੀਜ਼ ਸਬਸਕ੍ਰਾਈਬ ਕਰੋ। ਇੱਕ ਟਾਈਮ ਲੱਗਦਾ ਸੀਗਾ ਕਿ ਸ਼ਾਇਦ 31 ਮਾਰਚ ਤੋਂ ਪਹਿਲਾਂ ਕੋਈ ਵੀ ਫਾਈਲ ਅੰਬੈਸੀ ਵਿੱਚ ਨਹੀਂ ਲੱਗਣੀ। ਜਦ ਜਨਵਰੀ ਦੇ ਐਂਡ ਦੇ ਵਿੱਚ ਇਹ ਅਨਾਊਂਸਮੈਂਟ ਹੋਈ ਹੈ ਕਿ ਕੈਪਿੰਗ ਕਰ ਦਿੱਤੀ ਗਈ ਆ ਇਮੀਗ੍ਰੇਸ਼ਨ ਕੈਨੇਡਾ ਵੱਲੋਂ, ਔਰ ਇੱਕ ਸਪੈਸ਼ਲ ਲੈਟਰ ਚਾਹੀਦੀ ਹੈ ਹਰ ਸਟੂਡੈਂਟ ਨੂੰ ਪ੍ਰੋਵਿੰਸ ਤੋਂ, ਜਿਹਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਕਹਿੰਦੇ ਨੇ, ਉਸ ਤੋਂ ਬਿਨਾਂ ਤੁਹਾਡੀ ਫਾਈਲ ਹੁਣ ਨਹੀਂ ਲੱਗ ਸਕਦੀ। ਇਹ ਪ੍ਰੋਸੈਸ ਹੁਣ ਸ਼ੁਰੂ ਹੋ ਗਿਆ ਵਾ। 3 ਪ੍ਰੋਵਿੰਸ, ਐਲਬਰਟਾ, BC ਅਤੇ ਕਿਊਬਿਕ, ਇਹਨਾਂ ਤਿੰਨਾਂ ਨੇ ਪ੍ਰੋਸੈਸ ਸਟਾਰਟ ਕਰ ਦਿੱਤਾ। ਐਲਬਰਟਾ ਨੇ ਵੀ ਆਪਦਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇਣ ਦਾ ਪ੍ਰੋਸੈਸ ਸਟਾਰਟ ਕਰ ਦਿੱਤਾ। BC ਨੇ ਵੀ ਰੀਸੈਂਟਲੀ 4 ਮਾਰਚ ਤੋਂ ਹੀ ਸ਼ੁਰੂ ਕੀਤਾ ਵਾ, ਔਰ ਕਿਊਬਿਕ ਦੇ ਵਿੱਚ CAQ ਆਪਦੇ ਆਪ 'ਚ ਇੱਕ ਅਟੈਸਟੇਸ਼ਨ ਲੈਟਰ ਹੈਗਾ ਵਾ। ਸੋ ਕਿਊਬਿਕ ਦੀਆਂ ਫਾਈਲਾਂ ਵੀ ਸਾਡੀਆਂ ਆਲਰੇਡੀ ਲੱਗ ਰਹੀਆਂ ਨੇ। ਹੁਣ ਇਹ ਪ੍ਰੋਸੈਸ ਕੀ ਹੈ? ਇਸ ਪ੍ਰੋਸੈਸ ਦੇ ਵਿੱਚ ਸਟੂਡੈਂਟ ਨੇ ਕੁਛ ਨਹੀਂ ਕਰਨਾ। ਜਦ ਸਟੂਡੈਂਟ ਆਫਰ ਲੈਟਰ ਅਪਲਾਈ ਕਰਦਾ ਵਾ, ਕਾਲਜ ਜਾਂ ਯੂਨੀਵਰਸਿਟੀ ਨੇ ਹੀ ਜਿਹੜਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਆ ਉਹ ਸਟੂਡੈਂਟ ਨੂੰ ਲੈ ਕੇ ਦੇਣਾ ਵਾ। ਪ੍ਰੋਸੈਸ ਇਹ ਉਸ ਪ੍ਰੋਵਿੰਸ ਨੇ ਸਟਾਰਟ ਕੀਤਾ ਵਾ, ਪਰ ਇਹਦੇ ਵਿੱਚ ਜਿਹੜਾ ਅੱਗੇ ਕਾਲਜ ਦੀ ਹੀ ਜਾਂ ਯੂਨੀਵਰਸਿਟੀ ਦੀ ਹੀ ਜ਼ਿੰਮੇਵਾਰੀ ਆ ਕਿ ਉਹਨਾਂ ਨੇ ਇਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸਟੂਡੈਂਟ ਨੂੰ ਮੁਹੱਈਆ ਕਰਾਉਣਾ ਵਾ। ਹੁਣ ਤੁਹਾਨੂੰ ਜਦ ਫਾਈਲ ਲਗਾਉਣੀ ਆ ਆਪਾਂ ਆਫਰ ਲੈਟਰ ਤੋਂ ਬਾਅਦ, ਆਪਾਂ ਜਿਵੇਂ ਕਹਿੰਦੇ ਹਾਂ ਤੁਹਾਡੀ ਫੀਸ ਪੇ ਕਰ ਦਿੰਦੇ ਹੋ, ਤੁਸੀਂ ਤੁਹਾਡਾ ਐਡਮਿਸ਼ਨ ਲੈਟਰ ਆ ਜਾਂਦਾ ਵਾ, ਐਡਮਿਸ਼ਨ ਲੈਟਰ, ਟਿਊਸ਼ਨ ਰਸੀਟ ਔਰ ਨਾਲ ਤੁਹਾਡਾ ਇਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ, 3 ਚੀਜ਼ਾਂ ਨੇ ਜਿਹੜੀਆਂ ਇੰਪੋਰਟੈਂਟ ਨੇ ਜਿਹੜੀਆਂ ਹੁਣ ਅੰਬੈਸੀ ਦੇ ਵਿੱਚ ਲੱਗਣਗੀਆਂ ਬਿਫੋਰ ਯੂ ਕੈਨ ਅਪਲਾਈ ਯੂਅਰ ਫਾਈਲ। ਸੋ ਹੁਣ ਜਲਦੀ ਤੋਂ ਜਲਦੀ ਜਿਹੜੀਆਂ ਫਾਈਲਾਂ ਨੇ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਕੋਟਾ ਵੀ ਐਲੋਕੇਟ ਕਰ ਦਿੱਤਾ ਨਾ ਤਿੰਨਾਂ ਪ੍ਰੋਵਿੰਸਿਸ ਨੇ ਆਪਣੇ ਇੰਸਟੀਟਿਊਸ਼ਨਸ ਨੂੰ, ਔਰ ਉਮੀਦ ਆ ਕਿ ਬਹੁਤ ਸਪੀਡ ਦੇ ਨਾਲ ਅਗਲੇ ਹਫ਼ਤੇ ਜਾਂ 10 ਦਿਨ ਦੇ ਵਿੱਚ ਹੀ ਬਹੁਤ ਸਾਰੇ ਸਟੂਡੈਂਟਸ ਜਿਹੜੀਆਂ ਫਾਈਲਾਂ ਰੁਕੀਆਂ ਹੋਈਆਂ ਸੀਗੀਆਂ, ਜਿਨ੍ਹਾਂ ਨੇ ਆਲਰੇਡੀ ਫੀਸਿਸ ਪੇ ਕੀਤੀਆਂ ਹੋਈਆਂ ਨੇ ਔਰ ਜਿਹਨਾਂ ਕੋਲ ਆਲਰੇਡੀ ਲੈਟਰ ਆਫ ਐਡਮਿਸ਼ਨ ਹੈਗਾ ਵਾ, ਉਹਨਾਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵੀ ਮਿਲ ਜਾਊਗਾ ਔਰ ਕੁਇਕਲੀ ਉਹ ਪ੍ਰੋਸੈਸ ਨੂੰ ਸਟਾਰਟ ਕਰ ਪਾਉਣਗੇ। ਅਸੀਂ ਕਿਊਬਿਕ ਦੀਆਂ ਫਾਈਲਾਂ ਪਹਿਲਾਂ ਹੀ ਲਗਾ ਰਹੇ ਸੀਗੇ ਕਿਉਂਕਿ ਪਿਬੀ ਦੇ ਵਿੱਚ ਜਿਹੜੇ ਸਾਡੇ ਕੋਲ CAQ ਲੈਟਰ ਸੀਗੇ, CAQ ਲੈਟਰ ਆਪਦੇ ਆਪ 'ਚ ਇੱਕ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਕੰਮ ਕਰਦਾ ਵਾ। ਇੱਕ ਤਾਂ ਇਹ ਗੱਲ ਹੋ ਗਈ ਕਿ ਹੁਣ ਫਾਈਲਾਂ ਦੁਬਾਰਾ ਲੱਗਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਰੁਕੀਆਂ ਹੋਈਆਂ ਫਾਈਲਾਂ ਸੀਗੀਆਂ, ਔਰ ਰਿਜ਼ਲਟਸ ਅੱਜ ਵੀ ਬਹੁਤ ਚੰਗੇ ਆ ਰਹੇ ਨੇ। ਅਗਰ ਮੈਂ ਗੱਲ ਕਰਾਂ ਮੇਨ ਟੇਕ ਦੇ, ਟਾਈਮ ਜ਼ਰੂਰ 35 ਤੋਂ 40 ਦਿਨ ਦਾ ਲੱਗ ਰਿਹਾ ਵਾ। ਸੋ ਇੱਥੇ ਇੱਕ ਗੱਲ ਹੋਰ ਵੀ ਹੈ ਕਿ ਕੁਛ ਜਿਹੜੇ PPP ਮੋਡ ਦੇ ਕਾਲਜ ਨੇ ਉਹਨਾਂ ਨੇ ਆਪਣੀਆਂ ਆਫਰ ਲੈਟਰ ਰੱਦ ਵੀ ਕੀਤੀਆਂ ਨੇ ਜਿਹੜੀਆਂ ਰੀਸੈਂਟਲੀ ਉਹਨਾਂ ਨੇ ਦਿੱਤੀਆਂ ਸੀਗੀਆਂ ਮੇਨ ਟੇਕ ਲਈ ਸਟੂਡੈਂਟਸ ਨੂੰ। ਇਹ ਸਿਰਫ ਉਹਨਾਂ ਸਟੂਡੈਂਟਸ ਦੀਆਂ ਰੱਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਫਾਈਲ ਹਲੇ ਅੰਬੈਸੀ ਵਿੱਚ ਨਹੀਂ ਗਈ ਸੀ। ਇਹ ਸਾਹਮਣੇ ਰੱਖ ਕੇ ਕਿਉਂਕਿ ਅੰਬੈਸੀ ਦੇ ਵਿੱਚ ਜਿਹੜਾ ਫਾਈਲਿੰਗ ਦਾ ਪ੍ਰੋਸੈਸ ਉਹਨੂੰ ਟਾਈਮ ਲੱਗ ਰਿਹਾ ਵਾ, ਔਰ ਮਈ ਇਨਟੇਕ ਬਹੁਤ ਨੇੜੇ ਆ, ਬਿਗਨਿੰਗ ਆਫ ਮੇ ਹੁੰਦਾ ਵਾ ਜਾਂ ਐਂਡ ਆਫ ਅਪ੍ਰੈਲ ਹੁੰਦਾ ਵਾ PPP ਮੋਡ ਦੇ ਕਾਲਜ ਦੇ ਵਿੱਚ। ਇਸ ਕਰਕੇ ਉਹਨੂੰ ਲੱਗਿਆ ਕਿ ਸ਼ਾਇਦ ਸਟੂਡੈਂਟਸ ਇੰਨੇ ਟਾਈਮ ਦੇ ਵਿੱਚ ਸਾਰਾ ਪ੍ਰੋਸੈਸ ਨਹੀਂ ਕਰ ਪਾਉਣਗੇ, ਉਹਨਾਂ ਦੇ ਰੱਦ ਹੋਏ ਨੇ। ਜਿਨ੍ਹਾਂ ਕੋਲ ਆਲਰੇਡੀ ਵੀਜ਼ਾਜ਼ ਹੈਗੇ ਨੇ ਉਹ ਸਟੂਡੈਂਟਸ ਨੂੰ ਵਾਰ ਵਾਰ ਇਸ ਚੀਜ਼ ਬਾਰੇ ਸਾਨੂੰ ਕਾਲ ਕਰਨ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਉਹ ਪੂਰੇ ਸੇਫ ਨੇ। ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਮਿਲੇਗਾ ਔਰ ਉਹਨਾਂ ਦੀ ਕੋਈ ਵੀ ਜਿਹੜੀ ਐਡਮਿਸ਼ਨ ਆ ਉਹਦੇ ਵੀ ਕੋਈ ਫਰਕ ਨਹੀਂ ਪਿਆ। ਸੋ ਸਟੂਡੈਂਟ ਦੇ ਮਨ ਦੇ ਵਿੱਚ ਅੱਜ ਵੀ ਇੱਕ ਭੁਲੇਖਾ ਹੈਗਾ ਵਾ ਕਿ ਸ਼ਾਇਦ PPP ਮੋਡ ਦੇ ਜਿਹੜੇ ਕਾਲਜਸ ਨੇ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਮਈ ਇਨਟੇਕ ਨੂੰ ਲੈ ਕੇ, PGWP ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਅਪ ਟਿਲ ਸਪਟੰਬਰ। ਜਿਹੜੇ ਸਟੂਡੈਂਟਸ ਆਲਰੇਡੀ ਐਡਮਿਸ਼ਨ ਲੈ ਚੁੱਕੇ ਨੇ ਔਰ ਜਿਹਨਾਂ ਕੋਲ ਤੁਸੀਂ ਅਗਰ PPP ਮੋਡ ਦੇ ਕਾਲਜ ਦੇ ਵਿੱਚ ਜੁਆਇਨ ਕਰਦੇ ਹੋ, ਤੁਸੀਂ ਜਿਹੜਾ ਤੁਹਾਡਾ PGWP ਆ ਉਹ ਮਿਲੇਗਾ ਤੁਹਾਨੂੰ, ਤੁਸੀਂ ਸੇਫ ਹੋ।
ਕਈ ਸਟੂਡੈਂਟ ਜਿਹਨਾਂ ਕੋਲ ਆਲਰੇਡੀ ਵੀਜ਼ਾਜ਼ ਹੈਗੇ ਨੇ ਪੀਪੀਪੀ ਮੋਡ ਦੇ ਕਾਲਜਿਸ ਦੇ ਔਰ ਉਹ ਟਰੈਵਲ ਕਰ ਰਹੇ ਨੇ ਵੈਰੀ ਸੂਨ ਫੋਰ ਬੇ ਇਨਟੇਕ, ਉਹਨਾਂ ਦੇ ਮਨ 'ਚ ਵੀ ਸ਼ੰਕਾ ਵਾ। ਤੁਹਾਨੂੰ ਕਿਸੇ ਸ਼ੰਕਾ 'ਚ ਰਹਿਣ ਦੀ ਲੋੜ ਨਹੀਂ, ਤੁਹਾਨੂੰ ਕੋਈ ਕਾਲਜ ਸਵਿੱਚ ਕਰਨ ਦੀ ਲੋੜ ਨਹੀਂ, ਕਿਸੇ ਦੇ ਗੱਲਾਂ 'ਚ ਆਉਣ ਦੀ ਲੋੜ ਨਹੀਂ, ਤੁਹਾਨੂੰ ਤੁਸੀਂ ਸਾਰੇ ਹੀ PGWP ਲਈ ਐਲੀਜੀਬਲ ਹੋ। ਬਹੁਤ ਜਲਦੀ ਜਿਹੜੇ ਬਾਕੀ ਪ੍ਰੋਵਿੰਸਿਸ ਨੇ, ਖਾਸ ਤੌਰ 'ਤੇ ਓਨਟੈਰੀਓ ਜਿੱਥੋਂ ਸਭ ਤੋਂ ਵੱਧ ਜ਼ਿਆਦਾ ਕਾਲਜਿਸ ਨੇ, ਉੱਥੋਂ ਵੀ ਆਪਾਂ ਨੂੰ ਇਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਖਬਰ ਆਉਂਦੀ ਹੋਈ ਨਜ਼ਰ ਆਊਗੀ। ਇਹਦੀ ਡੈਡਲਾਈਨ ਜਿਹੜੀ ਆ 31 ਮਾਰਚ ਆ, ਪਰ ਮੈਨੂੰ ਉਮੀਦ ਆ ਕਿ ਪਹਿਲਾਂ ਹੀ ਉੱਥੋਂ ਵੀ ਇਹ ਖਬਰ ਆ ਜਾਣੀ ਔਰ ਬਾਕੀ ਜਿਹੜੇ ਹੋਰ ਪ੍ਰੋਵਿੰਸਿਸ ਨੇ ਉੱਥੋਂ ਵੀ ਇਹ ਨਿਊਜ਼ ਜਲਦੀ ਆਉਂਦੀ ਹੋਈ ਮਿਲੂਗੀ ਔਰ ਇਹ ਜਿਹੜਾ ਪ੍ਰੋਸੈਸ ਆ ਫਾਈਲਿੰਗ ਦਾ, ਇਹ ਦੁਬਾਰਾ ਤੋਂ ਫਿਰ ਸਟਾਰਟ ਹੋ ਜਾਣਾ ਵਾ। ਤੁਹਾਡੀ ਕੋਈ September 2024 ਇਨਟੇਕ ਦੀ ਐਪਲੀਕੇਸ਼ਨ ਹੈਗੀ ਆ, ਸਾਡੇ ਕੋਲ ਵੀ ਕਾਫੀ ਆਫਰਸ ਨੇ ਕਾਫੀ ਜਗ੍ਹਾ ਦੇ ਉੱਪਰ, January 2025 ਵੀ ਹੁਣ ਖੁੱਲ੍ਹ ਗਿਆ ਬਹੁਤ ਜਗ੍ਹਾ ਦੇ ਉੱਪਰ, ਅਤੇ ਜ਼ਰੂਰ ਸਾਨੂੰ ਕੰਸਲਟ ਕਰ ਸਕਦੇ ਹੋ। ਕੁਛ ਜਗ੍ਹਾ 'ਤੇ ਐਪਲੀਕੇਸ਼ਨ ਫੀ ਵੇਵਰ ਵੀ ਹੈਗਾ, ਇਹਦੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ। ਮਾਸਟਰਸ ਲੈਵਲ ਦੇ ਪ੍ਰੋਗਰਾਮ ਲਈ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਤੁਹਾਨੂੰ ਕੋਈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਡਾਇਰੈਕਟਲੀ ਐਡਮਿਸ਼ਨ ਲੈ ਕੇ ਆਪਣੀ ਫਾਈਲ ਜਿਹੜੀ ਆ ਉਹ ਅਪਲੋਡ ਕਰ ਸਕਦੇ ਹੋ।